ਦੁਆਰਾ ਜੋਤੀਸ ਰੂਪ ਫਤੇਕਰ ਸਾਹਿਬ 10 ਮਿੰਟ ਵਾਸਤੇ ਗੁਰੂ ਕੇ ਚਰਨਾਂ ਵਿੱਚ ਗੁਰਮਤ ਵਿਚਾਰਾਂ ਦੁਆਰਾ ਸੰਗਤਾਂ ਨਾਲ ਸਾਂਝ ਪਾਉਣਗੇ ਉਹਨਾਂ ਦੇ ਸਤਕਾਰ ਵਿੱਚ ਇੱਕ ਜਕਾਰਾ ਬੁਲਾਈਏ ਜਕਾਰਾ ਬੁਲਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਿਹੜੇ ਗੁਰਮੁਖ ਪਿਆਰੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੰਤ ਸਭਾ ਮੈਂ ਬੈਸ ਕੀ ਕੀਰਤ ਮੈਂ ਕਹਾ ਅਰਪੇ ਸਭ ਸਿੰਗਾਰ ਇਹ ਜਿਉ ਭੇ ਦਿਵਾ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਛੜਮ ਪੀਰ ਭਾਰੀ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰੋਂ ਘਰੋਂ ਬਰੋਸਾਏ ਹੋਏ ਵਿਧੀ ਚੰਦ ਛੀਨਾ ਗੁਰੂ ਕਾ ਛੀਨਾ ਇਹ ਕਰ ਲਿਆ ਬਾਬਾ ਜੀ ਬਾਬਾ ਵਿਧੀ ਚੰਦ ਸਾਹਿਬ ਜੀ ਦਿਨਾਂ ਦੀ ਅੰਸ਼ ਬੰਸ 11ਵੇਂ ਜਾਨਸੀਨ ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਦਇਆ ਸਿੰਘ ਸਾਹਿਬ ਜੀ ਦੇ ਨੌਵੇਂ ਸਾਲਾਨਾ ਯਾਦ ਦੇ ਅੰਦਰ ਚਵਰਛਤਰ ਤਖਤ ਦੇ ਮਾਲਕ ਜੁਗੋ ਜੋਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਹਜੂਰੀ ਦੇ ਅੰਦਰ ਜੁੜ ਮਿਲ ਬੈਠੇ ਹਾਂ ਮਹਾਂਪੁਰਸ਼ਾਂ ਦਾ ਜੀਵਨ ਇਸ ਦੁਨੀਆ ਨੂੰ ਤਾਰਨ ਵਾਸਤੇ ਹੈ ਔਰ ਉਹਨਾਂ ਦੇ ਪਰਉਪਕਾਰ ਉਹਨਾਂ ਦੀ ਨਿਮਰਤਾ ਉਹਨਾਂ ਨੇ ਜੋ ਗੁਰੂ ਪੰਥ ਦੀ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਦੇ ਵਿੱਚ ਹਮੇਸ਼ਾ ਕਮਰ ਕੱਸਾ ਕਰਕੇ ਤਿਆਰ ਵਰ ਤਿਆਰ ਰਹੇ ਅੱਜ ਉਹਨਾਂ ਦੀ ਕਮਾਈ ਨੂੰ ਆਰ ਗੁਰੂ ਆਰ ਗੋਬਿੰਦ ਸਾਹਿਬ ਦੀਆਂ ਬਖਸ਼ਿਸ਼ਾਂ ਨੂੰ ਸਮੁੱਚਾ ਸੰਸਾਰ ਮੇਰੇ ਖਿਆਲ ਨਾਲ ਦੁਨੀਆ ਦਾ ਕੋਈ ਐਸਾ ਕੋਨਾ ਨਹੀਂ ਜਿਥੇ ਅੱਜ ਦੇ ਦਿਨ ਬਾਬਾ ਦਿਆਲ ਸਿੰਘ ਸਾਹਿਬ ਜੀ ਨੂੰ ਸਿਜਦਾ ਨਾ ਕੋਈ ਕਰਦਾ ਹੋਵੇ ਦੁਨੀਆ ਚੋਂ ਚਲੇ ਜਾਣਾ ਕੰਥ ਵਾਸਤੇ ਭਾਵੇਂ ਦਲਬਹੀਰ ਵਾਸਤੇ ਪਰਿਵਾਰ ਵਾਸਤੇ ਇੱਕ ਬਹੁਤ ਵੱਡਾ ਘਾਟਾ ਹੈ ਔਰ ਗੁਰਮੁਖ ਸਾਧੂ ਗਿਆਨ ਤੋਂ ਬਾਅਦ ਵੀ ਇਸ ਸਮਾਜ ਦੇ ਵਿੱਚ ਜਾਨੀ ਅਮਰਜੀਤ ਸਿੰਘ ਜੀ ਸਦਾ ਅਸਥਿਰ ਰਹਿੰਦੇ ਆ ਪਹਿਲਾਂ ਤੇ ਸਰੀਰ ਕਰਕੇ ਇੱਕ ਥਾਂ ਤੇ ਵਿਚਰਦੇ ਨਾਨਕ ਪਿਆਉ ਹੁਣ ਮਹਾਂਪੁਰਖ ਕੱਲੇ-ਕੱਲੇ ਦੇ ਅੰਦਰ ਉਹਦੀ ਯਾਦ ਦੇ ਅੰਦਰ ਵਿਚਰ ਰਹੇ ਨੇ ਹਾਂਜੀ ਹੈਡ ਗ੍ਰੰਥੀ ਸਾਹਿਬ ਮਹਾਂਪੁਰਖਾਂ ਦਾ ਜੀਵਨ ਸਮਾਜ ਦੇ ਭਲੇ ਵਾਸਤੇ ਸਮਾਜ ਦੀ ਕਲਿਆਣ ਵਾਸਤੇ ਜਿੱਥੇ ਉਹ ਆਪ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਦੇ ਆ ਉਥੇ ਮਹਾਂਪੁਰਖਾਂ ਦੇ ਕਿੰਨੇ ਸੰਗੀ ਬਾਬਾ ਸਾਧ ਜੀ ਬੈਠੇ ਆ ਬਾਬਾ ਗਫਾ ਜੀ ਬੈਠੇ ਆ ਬਾਬਾ ਅਵਤਾਰ ਸਿੰਘ ਭੈਲ ਬੈਠੇ ਆ ਜਥੇਦਾਰ ਨਿਹਾਲ ਸਿੰਘ ਜੀ ਹੁਣੀ ਬੈਠੇ ਹੋਏ ਨੇ ਸਾਰੇ ਹੀ ਮਹਾਂਪੁਰਖਾਂ ਦੇ ਸੰਗੀ ਆ ਜਿਨ੍ਹਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਨਾਲ ਮਹਾਂਪੁਰਖਾਂ ਨੇ ਜੋੜਿਆ ਐਡੀ ਸਾਦਗੀ ਜੀਵਨ ਦੇ ਵਿੱਚ ਹੋਣੀ ਸਰੀਰ ਭਾਵੇਂ ਆਪਣਾ ਢਿੱਲਾ ਮਠਾ ਵੀ ਹੋਣਾ ਮਹਾਂਪੁਰਸ਼ਾਂ ਦਾ ਗੁਰਮੁਖਾ ਢਿੱਲਾ ਮਠਾ ਸਰੀਰ ਫਿਰ ਕੇ ਸੇਵਕ ਨੇ ਕਹਿਣਾ ਬਾਬਾ ਜੀ ਬਾਬਾ ਕਾਨ ਸਿੰਘ ਇਹ ਕਿੱਥੋਂ ਆਏ ਸਾਡੇ ਸਮਾਗਮ ਆਪ ਕਿਰਪਾ ਕਰਿਓ ਦਰਸ਼ਨ ਦਿਓਗਾ ਆਵਾਂਗੇ ਭਾਈ ਆਵਾਂਗੇ ਤੁਹਾਡੇ ਵੀ ਆਵਾਂਗੇ ਆਪਣਾ ਸਰੀਰ ਨਾ ਦੇਖਦਿਆਂ ਹੋਇਆਂ ਵੀ ਮਹਾਪੁਰਸ਼ਾਨੇ ਫਿਰ ਸੇਵਕਾਂ ਦੇ ਕਾਰਜ ਅਰਦਾਸਾਂ ਕਰਨੀਆਂ ਬਾਹਰ ਮੰਜਾ ਢਾਕੇ ਬਹਿ ਜਾਣਾ ਮਹਾਪੁਰਸ਼ਾਨੇ ਤੇ ਜੇ ਸੇਵਾਦਾਰਾਂ ਪੁੱਛਣਾ ਬਾਬਾ ਜੀ ਮੰਜਾ ਬਾਹਰ ਕਿਉਂ ਢਾਇਆ ਕਹਿੰਦੇ ਭਾਈ ਜੇ ਕੋਈ ਦੁਸ਼ਮਣ ਆਵੇ ਮਾਰਨ ਵਾਸਤੇ ਆਵੇ ਤੇ ਉਹਨੂੰ ਵੀ ਨਾ ਲੱਭਣਾ ਪਵੇ ਤੇ ਜੇ ਕੋਈ ਮਿਲਣ ਵਾਸਤੇ ਆਵੇ ਤੇ ਉਹਨੂੰ ਵੀ ਨਾ ਲੱਭਣਾ ਪਵੇ ਇਸ ਵਾਸਤੇ ਬਾਹਰੇ ਮੰਜਾ ਢਾ ਕੇ ਮਹਾਪੁਰਸ਼ਾਂ ਨੇ ਬੈਠੇ ਰਹਿਣਾ ਸਮੇਂ ਦਾ ਦੌਰ ਇਹੋ ਜਿਹਾ ਚੱਲਿਆ ਜਦੋਂ ਵੀ ਮਹਾਪੁਰਖ ਇੰਨੇ ਨਿਰਪੈ ਯੋਧੇ ਇੰਨੇ ਮਹਾਨ ਸੂਰਬੀਰ ਸਨ ਆਰ ਗੁਰੂ ਅਰਗੁਬਿੰਦ ਸਾਹਿਬ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਸੀ ਫਰੀਦ ਸਾਹਿਬ ਜੀ ਦਾ ਇੱਕ ਪਾਵਨ ਬਚਨ ਫਰੀਦ ਜੀ ਕਹਿੰਦੇ ਫਰੀ ਦਾ ਪੰਖ ਪਰਾਹ ਹੁਣੀ ਮਹਾਪੁਰਸ਼ਾ ਆਪਣਾ ਜੀਵਨ ਇਸ ਤਰ੍ਹਾਂ ਬਤੀਤ ਕਰਦੇ ਆ ਇਹ ਜਿਹੜੀ ਸਾਡੀ ਜੰਦ ਹੈ ਤਾਂ ਦੁਨੀਆ 'ਚ ਪਰੌਣੀ ਆਈ ਹੋਈ ਐ ਤੇ ਇਹ ਦੁਨੀਆ ਜੜੀ ਆ ਦੁਨੀ ਸੁਹਾਵਾ ਬਾਗ ਐ ਬਹੁਤ ਸੋਹਣਾ ਬਾਗ ਦੁਨੀਆ ਦਾ ਹੈ ਨੌਬਤ ਵੱਜੀ ਸਵੇ ਸਿਓ ਚੱਲਣ ਕਾ ਕਰ ਸਾਜ ਤੇ ਇਸ ਤਰ੍ਹਾਂ ਮਹਾਪੁਰਖੇ ਸੰਸਾਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ ਸੋ ਮਹਾਪੁਰਸ਼ਾਂ ਨੂੰ ਸਰਦਾ ਸਤਕਾਰ ਭੇਟ ਕਰਦੇ ਆ ਹੋਇਆ ਮਹਾਪੁਰਸ਼ਾਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਅਗੇ ਦਲ ਵਹੀਰ ਦੇ ਸਿਰ ਤੇ ਸਿੰਘ ਸਾਹਿਬ ਜਥੇਦਾਰ ਸੰਤ ਪਾਪਾ ਅਵਤਾਰ ਸਿੰਘ ਸਾਹਿਬ ਜੀ ਦੇ ਸੀਸ ਤੇ ਅਤੇ ਸੋ ਸਮੂਹ ਜਿੰਨੇ ਵੀ ਸੇਵਾਦਾਰ ਮਹਾਂਪੁਰਸਾਂ ਦੇ ਸੰਗੀ ਆ ਸਭ ਨੂੰ ਗੁਰਦੇਵ ਜੀ ਚੜ੍ਹਦੀ ਕਲਾ ਬਖਸ਼ ਕੇ ਦੇਸ਼ ਕਾਲ ਕੌਮ ਪੰਥ ਦੀਆਂ ਇਹ ਵੱਡੀਆਂ ਸੇਵਾਵਾਂ ਕਰਨ ਦਾ ਬਲ ਸਤਿਗੁਰੂ ਜੀ ਬਖਸ਼ਿਸ਼ ਕਰਨ ਜੀ ਭੁੱਲਾਂ ਗਲਤੀਆਂ ਦੀ ਖਿਮਾ ਸਾਰੇ ਅਸੀਸ ਦਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਗਿਆਨੀ ਅਤਰ ਸਿੰਘ ਜੀ ਮੁਹਕੰੰਤੀ ਗੁਰਦੁਆਰਾ ਜੋਤੀਸਰੋ ਫਤਿਹਗੜ੍ਹ ਸਾਹਿਬ ਬਹੁਤ ਬਹੁਤ ਧੰਨਵਾਦ